ਹਾਂਜੀ ਵੀਰ ਜੀ, ਤੁਹਾਡਾ ਨਾਮ ਕੀ ਹੈ ਔਰ ਕਿਹੜਾ ਪਿੰਡ ਹੈ ਤੇ ਕਾਹਦੀ ਦੁਕਾਨ ਹੈ? ਦਿਨੇਸ਼ ਕੁਮਾਰ, ਦੁਕਾਨ ਅੱਡੀ ਹਾਰਡਵੇਅਰ ਦੀ ਹੈ, ਪਿੰਡ ਧਰਪੁਰ ਦਾ ਵਾ। ਜਿਹੜੀ ਆਪਣਾ ਕੱਲ ਸ਼ਾਮੀ ਇੱਕ ਗੋਲੀ ਚੱਲਣ ਦੀ ਵਾਰਦਾਤ ਹੋਈ ਹੈ, ਕੀ ਹੈ ਮਾਮਲਾ ਕੀ ਹੈ ਜੀ? ਸਰ, ਫਰੋਤੀ ਦਾ ਹੀ ਮਾਮਲਾ ਹੈ। ਕੀ ਫਰੋਤੀ ਕੌਣ ਮੰਗ ਰਿਹਾ? ਮੰਗਦੇ ਆ ਜੀ। ਕੌਣ ਮੰਗ ਰਿਹਾ ਜੀ? ਨਿਸ਼ਾਨ ਸਿੰਘ ਨਾਂ ਦਾ ਬੰਦਾ ਜੀ। ਕਿੰਨੇ ਲੱਖ ਦੀ ਜਿਹੜੀ ਡਿਮਾਂਡ ਕੀਤੀ ਜਾ ਰਹੀ ਹੈ? ਹਾਂਜੀ, 40 ਲੱਖ ਦੀ। ਇਹਦੇ ਸੰਬੰਧ ਵਿੱਚ ਤੁਸੀਂ ਕੋਈ ਪੁਲਿਸ ਨੂੰ ਸੂਚਿਤ ਕੀਤਾ? ਹਾਂ, ਕੀਤਾ ਸਰ। ਤੇ ਇਸ ਤੋਂ ਪਹਿਲਾਂ ਵੀ ਕੋਈ ਤੁਹਾਡੇ ਨਾਲ? ਹਾਂਜੀ, 2 ਵਾਰੀ ਅੱਗੇ ਹੋ ਗਏ ਜੀ। ਪਹਿਲਾਂ ਵੀ ਗੋਲੀਆਂ ਚੱਲੀਆਂ ਸੀ? ਹਾਂਜੀ। ਉਹ ਦੋਸ਼ੀ ਕੀ ਫੜੇ ਗਏ? ਦੋਸ਼ੀ ਪਹਿਲੇ ਤੇ ਸਾਡੇ 2023 ਚ ਜਿਹੜੇ ਹੋਏ ਅੰਦਰ ਆ। ਹਾਂਜੀ। ਤੇ ਜਿਹੜਾ 2024 ਚ ਉਹਨਾਂ ਦੀ ਵੈਸੇ ਜਮਾਨਤ ਹੋ ਗਈ। ਅੱਛਾ। ਹਾਂਜੀ, ਜਿਹੜੀ ਕੱਲ ਗੋਲੀ ਚੱਲੀ ਉਹ ਕਿੱਥੇ ਲੱਗੀ ਹੈ? ਉਹ ਦੁਕਾਨ ਦੇ ਸਭ ਤੋਂ ਪਰਲੇ ਕੋਲੇ ਤੇ ਲੱਗੀ। ਠੀਕ ਹੈ। ਇਹਦੇ ਸੰਬੰਧ ਚ ਪੁਲਿਸ ਨੇ ਕੀ ਕਾਰਵਾਈ ਕੀਤੀ ਹੁਣ ਤੱਕ? ਪੁਲਿਸ ਤੇ ਹੀ ਹੈ ਜੀ ਪੂਰਾ ਜ਼ੋਰ ਨਾਲ, ਛਾਣਵੀਂ ਲਈ ਕਰਨ। ਸੀਸੀਟੀਵੀ ਵਗੈਰਾ ਕੈਮਰੇ 'ਚ ਆਈ? ਹਾਂਜੀ, ਆਇਆ ਜੀ। ਉਹ ਮੂੰਹ ਬੰਨਿਆ ਜੀ। ਹਾਂਜੀ, ਸਾਨੂੰ ਪਤਾ ਲੱਗਾ ਕਿ ਤੁਹਾਡੇ ਵੱਲੋਂ ਵੀ ਪਿੱਛੇ ਮਗਰ ਜਿਹੜੇ ਬਿੱਜ ਭੱਜ ਨਸ ਗਏ। ਹਾਂਜੀ ਹਾਂਜੀ, ਸਾਡੇ ਬੰਦੇ ਗਏ ਮਗਰ, ਉਹਨਾਂ ਕਾਰਨ ਕੀਤੀ ਹੈ, 3 ਫਾਗ ਗੱਡੇ। ਹਾਂਜੀ, ਥੋੜ੍ਹਾ ਫਰਕ ਰਹਿ ਗਿਆ ਸਰ, ਜਦੋਂ ਕੱਲ੍ਹ ਕਾਬੂ ਆ ਜਾਣੇ। ਕੀ ਆਪਣੇ ਆਪ ਨੂੰ ਤੁਸੀਂ ਸੁਰੱਖਿਅਤ ਮਹਿਸੂਸ ਕਰਦੇ? ਤੇ ਤੁਹਾਨੂੰ ਪੁਲਿਸ ਵੱਲੋਂ ਮੇਰੇ ਖਿਲਾਫ਼ ਪੁਲਿਸ ਪ੍ਰੋਟੈਕਸ਼ਨ ਨੂੰ ਮਿਲੀ ਹੋਈ? ਹਾਂਜੀ ਹਾਂਜੀ, ਉਦੋਂ ਇੱਥੇ ਮੌਜੂਦ ਸਨ? ਹਾਂਜੀ, ਮੌਜੂਦ। ਇਹਨਾਂ ਵੱਲੋਂ ਕੀਤਾ ਕਿਉਂਕਿ ਪਰ ਆਪਾਂ ਅੰਦਰ, ਹਾਂ, ਜਿੰਨਾ ਚਿਰ ਅਸੀਂ ਬਾਹਰ ਗਏ ਉਹ ਨਿਕਲ ਗਏ। ਕਾਤੇ ਸਵਾਰ ਸੀ ਉਹ? ਹਾਂਜੀ, ਕਾਤੇ ਸਵਾਰ ਸੀ ਉਹ ਮੋਟਰਸਾਈਕਲ ਦੇ। ਤੁਸੀਂ ਵਿਆਹ ਰਹੇ ਨਾ ਪਹਿਲਾਂ 1-2 ਰਾਊਂਡ? ਹਾਂ, ਰਾਊਂਡ ਨਹੀਂ ਗੱਡੇ, ਮੈਂ 3-4 ਫੇਰੇ ਉਦਾਂ ਲਾਏ ਉਹਨਾਂ। ਅੱਛਾ, ਗੇੜੇ ਚੌਥੇ ਫੇਰੇ ਆਣ ਕੇ ਫੈਰਿੰਗ ਕੀਤੀ। ਕੋਈ ਤੁਹਾਨੂੰ ਕਿਸੇ 'ਤੇ ਸ਼ੱਕ? ਕੋਈ ਸ਼ੱਕ ਨਹੀਂ ਸਰ। 3 ਰਾਊਂਡ ਜਿਹੜੀ ਉਹਨਾਂ ਨੂੰ ਫੈਰਿੰਗ ਦਿੱਤੀ ਗਈ? 1 ਰਾਊਂਡ ਕੱਢਿਆ ਉਹਨਾਂ ਨੇ। ਹੁਣ ਕੀ ਮੰਗ ਕੀ ਕਰਦੇ ਆਪਾਂ ਪ੍ਰਸ਼ਾਸਨ ਨੂੰ? ਮੰਗ ਪ੍ਰਸ਼ਾਸਨ ਜੀ ਸਾਨੂੰ ਸਹੀ ਫੈਸਲਾ ਦੇਵੇ, ਸਾਡੀ ਜਾਲਮਾਲ ਦੀ ਰਾਖੀ ਰੱਖੇ। ਉਹ ਜਿਹੜੀ ਤੁਹਾਨੂੰ ਥਰੈਡ ਕਾਲਸ ਆ ਰਹੀਆਂ ਨੇ, ਇੱਥੇ ਲੋਕਲ ਨੰਬਰ ਤੋਂ ਆ ਰਹੀਆਂ? ਨਹੀਂ ਜੀ, ਬਾਹਰ ਦੇ ਨੰਬਰ ਤੋਂ। ਕਿੱਥੋਂ ਦਾ ਵੈਸੇ ਨੰਬਰ? USA ਦਾ। USA ਦਾ? ਹਾਂਜੀ। ਕੀ ਆਪਣੇ ਆਪਣਾ ਕੀ ਨਾਮ ਜੀ ਦੱਸਦਾ? ਨਿਸ਼ਾਨ ਸਿੰਘ। ਤੇ ਤੁਸੀਂ ਉਹਨੂੰ ਜਾਣਦੇ ਵੈਸੇ? ਨਹੀਂ ਜੀ। ਕਿਸੇ 'ਤੇ ਤੁਹਾਨੂੰ ਸ਼ੱਕ ਹੋਵੇ? ਨਾ ਨਾ, ਸ਼ੱਕ ਇੱਥੇ ਲੋਕਲ ਨਹੀਂ ਗਏ ਤੇ ਸਰ। ਸਾਡੇ ਇਨਫੋਰਮੇਸ਼ਨ ਆਈ ਸੀ ਕੱਲ 6:00 ਜਿਹੜੀ ਹੈਗੀ 6:20 ਤੇ ਕੋਈ ਗੋਲੀ ਚੱਲੀ ਹੈਗੀ ਧਰਮ ਗੁੱਟਾਂ ਦਾ ਵਾ, ਉਹਦੀ ਅਸੀਂ ਜਾਂਚ ਕਰ ਰਹੇ ਹੈਗੇ ਹਾਂ। ਮਤਲਬ ਕਿਹਦੇ ਤੇ ਗੋਲੀ ਚੱਲੀ, ਕਿਹਨੇ ਚਲਾਈ? ਤੇ ਦੁਕਾਨ ਸੀਗੀ ਜੀ ਦਿਨੇਸ਼ ਜੀ ਤੇ ਉਹਨਾਂ ਦੁਕਾਨ ਤੇ ਗੋਲੀ ਚੱਲੀ ਹੈਗੀ ਹੈ। ਸਰ, ਇਹਨਾਂ ਦਾ ਦੂਜਾ ਤੀਜਾ ਚਾਂਸ ਹੋ ਗਿਆ ਸਰ, ਹਜੇ ਤੱਕ ਕੋਈ ਦੋਸ਼ੀ ਕੋਈ ਅਰੈਸਟ ਹੋਇਆ ਜੀ? ਹਾਂਜੀ, ਜਿਹੜਾ ਪਹਿਲਾਂ ਕੋਈ ਦੋਸ਼ੀ ਅਰੈਸਟ ਹੈ, ਜੇਲ੍ਹ ਦੇ ਵਿੱਚ ਨੇ ਸਰ। ਸਰ, ਕੀ ਮੈਟਰ ਕੀ ਲੱਗਦਾ ਬਾਰ ਬਾਰ ਇੱਕ ਬੰਦੇ ਨੂੰ ਟਾਰਗੇਟ ਕੀਤਾ ਜਾ ਰਿਹਾ, ਕੀ ਕਾਰਨ? ਇਹ ਜਾਂਚ ਦਾ ਵਿਸ਼ਾ ਹੈ ਜੀ, ਆਪਾਂ ਉਸ ਦੀ ਇਨਵੈਸਟੀਗੇਸ਼ਨ ਕਰਦੇ ਪਏ ਹਾਂ, ਜੋ ਇਨਵੈਸਟੀਗੇਸ਼ਨ ਸਾਹਮਣੇ ਤੁਹਾਨੂੰ ਸਭ ਕੁਝ ਦੱਸਾਂਗੇ ਜੀ। ਤੁਸੀਂ ਸਰ ਸੀਸੀਟੀਵੀ ਕੈਮਰੇ ਖੰਗਾਲ ਰਹੇ, ਕੋਈ ਫੋਟੋਜ ਵਗੈਰਾ ਮਿਲੀ ਉਹਨਾਂ ਦੀ? ਅੱਜ ਚੱਲ ਰਿਹਾ ਜੀ, ਜਾਂਚ ਚੱਲਦੀ ਪਈ ਹੈ। ਸਰ, ਕੀ ਕਾਰਵਾਈ ਕੀਤੀ ਗਈ ਹੁਣ ਤੱਕ? FIR ਲੌਂਚ ਕੀਤੀ ਹੋਈ ਹੈ ਜੀ ਆਪਾਂ।